ਧਰਤ ਪੌਂਟੇ ਦੀ ਨੂੰ ਰੋਮ ਰੋਮ ਸਜਦੇ, ਧਰਤ ਪੌਂਟੇ ਦੀ ਨੂੰ ਰੋਮ ਰੋਮ ਸਜਦੇ, ਦਸਮ ਪਾਤਸ਼ਾਹ ਜੀ ਭਾਗ ਲਾਏ ਇੱਥੇ, ਕਮਲ ਨਾ ਚੀਜ਼ ਨੂੰ ਨਹੀਂ ਸੀ ਚੱਜ ਕੋਈ, ਕਮਲ ਨਾ ਚੀਜ਼ ਨੂੰ ਨਹੀਂ ਸੀ ਚੱਜ ਕੋਈ, ਤੇ ਗੋਦੀ ਪਾਤਸ਼ਾਹ ਸਾਨੂੰ ਬਿਠਾਏ ਇੱਥੇ, ਗੋਦੀ ਪਾਤਸ਼ਾਹ ਸਾਨੂੰ ਬਿਠਾਏ ਇੱਥੇ, ਸਜਦੇ ਰੂਪ ਵਿੱਚ ਫਤਿਹ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸੁਨੇਹਾ ਲੈ ਕੇ ਘਰੇ ਜਾਣਾ ਹੈ। ਜੇ ਆਏ ਪੌਂਟਾ ਸਾਹਿਬ ਤਾਂ ਸੁਨੇਹਾ ਲੈ ਕੇ ਜਾਇਓ, ਸਿੱਖੀ ਵਾਲੇ ਬੂਟੇ ਨੂੰ ਪਾਣੀ ਰਹਿਤਾ ਵਾਲਾ ਪਾਇਓ, ਚੇਤੇ ਕਰਿਓ ਸੀਨ ਸਾਹਿਬ ਕੰਡਿਆਂ ਤੇ ਸੁੱਤਾ, ਕਿੰਨੇ ਕਿੰਨੇ ਦਿਨ ਸਫਰ ਰਾਜ ਰਿਹਾ ਸੀ ਉਹ ਭੁੱਖਾ, ਹੋ ਕੇ ਸਿੱਖੀ ਕੋਲੋਂ ਦੂਰ, ਤਕਲੀਫ ਹੋਰ ਨਾ ਵਧਾਇਓ, ਸਿੱਖੀ ਵਾਲੇ ਬੂਟੇ ਨੂੰ ਪਾਣੀ ਰਹਿਤਾ ਵਾਲਾ ਪਾਇਓ, ਕੇਸ ਕੱਟਣੇ ਪਹਿਲਾ ਕੇਸ ਗੜ ਚੇਤੇ ਕਰਿਓ, ਪੰਜ ਪਿਆਰੇ ਸਾਜੇ ਗੁਰੂ ਧਿਆਨ ਉਹਨਾਂ ਦਾ ਧਰਿਓ, ਤਾਜ ਸਿੱਖੀ ਵਾਲਾ ਸੋਹਣਾ ਸਿਰ ਦਸਤਾਰ ਸਜਾਇਓ, ਜੇ ਆਏ ਪੌਂਟਾ ਸਾਹਿਬ ਤਾਂ ਸੁਨੇਹਾ ਲੈ ਕੇ ਜਾਇਓ, ਸਿੱਖੀ ਵਾਲੇ ਬੂਟੇ ਨੂੰ ਪਾਣੀ ਰਹਿਤਾ ਵਾਲਾ ਪਾਇਓ, ਗੜੀ ਚਮਕੌਰ ਵਾਲੀ ਦੱਸੂ ਮੇਰਾ ਅਜੀਤ ਤੇ ਜੁਜਾਰ, ਜੋਹਰਾ ਵਰਿਫ ਤੇ ਸਿੰਘ ਬਾਰੇ ਦੱਸੂਗੀ ਦੀਵਾਰ, ਉਹ ਮੈਂ ਦਿੱਤਾ ਸਰ ਬੰਸ ਤੁਸੀਂ ਭੁੱਲ ਹੀ ਨਾ ਜਾਇਓ, ਜੇ ਆਏ ਪੌਂਟਾ ਸਾਹਿਬ ਤਾਂ ਸੁਨੇਹਾ ਲੈਂਦੇ ਜਾਇਓ, ਸਿੱਖੀ ਵਾਲੇ
ਖਿਓ ਖਿਆਲਾਂ ਚ ਵਸਾ ਕੇ ਜਿੱਥੋਂ ਨਿੱਕੇ ਨਿੱਕੇ ਲਾਲ ਮਾਤਾ ਤੋਰੇ ਸੀ ਸਜਾ ਕੇ ਉਹ ਕਮਲ ਸ਼ਿਖਰਾਂ ਦੀ ਠੰਡ ਨੂੰ ਮਹਿਸੂਸ ਕਰਦੇ ਜਾਇਓ ਜੇ ਆਏ ਪਾਉਂਟਾ ਸਾਹਿਬ ਤਾਂ ਸੁਨੇਹਾ ਲੈ ਕੇ ਜਾਇਓ ਸਿੱਖੀ ਵਾਲੇ ਬੂਟੇ ਨੂੰ ਪਾਣੀ ਰੇਤਾ ਵਾਲਾ ਪਾਇਓ ਪਾਣੀ ਰਹਿਤਾ ਵਾਲਾ ਪਾਇਓ ਖਿਮਾ ਦੀ ਜਾਚਕ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।